ਆਕਿਆ ਚ ਨਾ ਬੋਲਦਾ ਐਵੇਂ ਨੀ ਪਿੰਡੀ ਚ ਨਾ ਬੋਲਦਾ ਜੇ ਰੱਬ ਦੇ ਵੇਲਤਾ ਦਿੱਤਾ ਬੋਲਦਾ ਬਾਕੀ ਗੋੜੋ ਫੋਨ ਕੀਤੀ ਤਾਂ ਤੁਸਾਂ ਨੀ ਨੀਂਦਰ ਹੀ ਜਸਾਂ ਆਏ ਲੋਏ ਆ ਸਭ ਸੋ ਕੀ ਬੁਲਵਾਇਆ ਤੁਸਾਂ ਸਾਡੀ ਫਰਮਾਇਸ਼ ਪਰ ਅਸਾਂ ਕੀ ਟਾਈਮ ਦਿੱਤਾ ਤੇ ਅਸਾਂ ਸੋਨਾ ਸ਼ੁਕਰੀਆ ਅਦਾ ਕਰਨੇ ਆ ਕਿ ਆਖ ਸੋ ਜੀ ਮੈਂ ਵੀ ਆਪਕਾ ਸ਼ੁਕਰੀਆ ਅਦਾ ਕਰਤਾ ਹੂੰ ਕਿ ਆਪ ਮੇਰੇ ਸੇ ਇੰਟਰਵਿਊ ਲੈਨੇ ਆਏ ਅੱਛਾ ਔਰ ਅਭੀ ਮੈਂ ਹਸਪੀਟਲ ਗਿਆ ਹਾਂ ਤਾਂ ਹਸਪੀਟਲ ਸੇ ਆਇਆ ਹੂੰ ਤੋ ਆਪਕੀ ਕਾਲ ਆਈ ਹੈ ਤਾਂ ਫਿਰ ਹਮਨੇ ਕਾਲ ਦੇ ਦੇ ਦੀ ਠੀਕ ਹੈ ਇਹ ਦੱਸੋ ਕਿ ਮਤਲਬ ਤੁਸਾਂ ਮੈਂ ਅਕਸਰ ਟਿਕਟੋਕ ਉੱਪਰ ਦੇਖਣਾ ਕਿ ਤੁਸਾਂ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੀ ਲੋਕ ਛੋਟੇ ਡੋਨ ਨਾਲ ਬਿਆਦ ਮੁਹੱਬਤ ਕਰਨੇ ਪਿਆਰ ਕਰਨੇ ਲੋਕ ਚਾਹਣੇ ਕਿ ਅਸਾਂ ਛੋਟੇ ਡੋਨ ਨਾਲ ਸੈਲਫੀਆਂ ਬਣਾਈਆਂ ਅਸਾਂ ਨੇ ਲਾ ਕੇ ਜਾ ਕੇ ਛੋਟਾ ਡੋਨ ਅਸਾਂ ਨਾਲ ਗੁਫ਼ਤਗੂ ਕਰਿਆ ਕੈਸਾ ਫੀਲ ਕਰਨੇ ਹੋ ਕਿ ਇਤਨੀ ਜੀ ਉਮਰ ਨੇ ਅੰਦਰ ਇਤਨਾ ਫੇਮ ਕੈਸਾ ਫੀਲ ਕਰਨੇ ਹੋ ਜੀ ਅੱਲਾਹ ਤਾਲਾ ਨੇ ਇੱਜ਼ਤ ਦੀ ਹੈ ਤੋ ਜਹਾਂ ਪਰ ਵੀ ਜਾਤਾ ਮੈਂ ਜੂਮ ਪਾੜ ਦਿੱਤਾ ਹੈ ਅੱਜ ਇੰਟਰਵਿਊ ਦੇ ਰਹਾ ਹੂੰ ਤੋ ਕੈਮਰਾ ਮਾਰ ਕੇ ਦਿਖਾ ਦਿੱਤਾ ਹੈ ਕਿ ਜੂਮ ਹੁਣ ਵੀ ਪੈ ਗਿਆ ਅੱਜ ਵੀ ਪੈ ਗਿਆ ਹੈ ਜੂਮ ਹੁਣ ਵੀ ਪੈ ਗਿਆ ਰਾਣਾ ਸਾਹਿਬ ਇਹ ਜ਼ਰਾ ਦਿਖਾਏ ਜੀ ਕੈਮਰਾ ਪੈਨ ਕਰਕੇ ਇਹ ਸਾਰੇ ਲੋਕ ਛੋਟੇ ਡੋਨ ਸੇ ਮੁਹੱਬਤ ਕਰਨੇ ਵਾਲੇ ਖੜੇ ਆ ਜੀ ਛੋਟਾ ਡੋਨ ਸੋ ਪਟਵਾਰੀ ਇਸ ਨਹੀਂ ਸੋ ਕੀ ਪਟਵਾਰੀ ਇਹ ਜੀ ਜ਼ੁਬਾਨ ਵਿੱਚ ਮੈਂ ਗੱਲ ਕਰਨਾ ਪਿਆ ਪਟਵਾਰੀ ਨਹੀਂ ਕਿਉਂ ਸ਼ੇਰ ਤਾਂ ਤੁਸੀਂ ਪਟਵਾਰੀ 'ਚ ਬੋਲੀ ਕਿੰਨੇ ਹੋ ਨਾ ਜੀ ਕੋਈ ਸ਼ੇਰ ਸੁਣਾਓ ਨਾ ਸਾਡੇ ਚਾਣੇ ਲੈ ਤੁਸਾਂ ਨੇ ਚਾਣੇ ਲੈ ਕੋਈ ਸਾਡੇ ਨਾਜ਼ਰੀਨ ਜਿਹੜੇ ਉਹ ਸੁਣਨਾ ਚਾਣੇ ਕੋਈ ਚੰਗਾ ਜਿਹਾ ਸ਼ੇਰ ਕੇ ਟੂ ਟੀ ਵੀ ਉੱਪਰ ਤੁਸਾਂ ਕਿ ਲੋਕ ਤੱਕਣ ਕੋਈ ਅੱਛਾ ਸ਼ੇਰ ਲੋਕ ਤੱਕਣੇ ਪੇ ਇਸ ਟਾਈਮ ਸਮਝੋ ਤੁਸਾਂ ਕੀ ਕਹਿ ਆਖਸੋ ਤੇਰੀ ਨਿੱਕੀ ਦੀ ਜਾਨ ਤੂੰ ਜਾਵਾ ਸਕੇ ਹਾਏ ਤੇਰੇ ਵੱਡੇ ਤੋੜੇ ਹੇਰ ਫੇਰ ਕਰਨਾ ਕਦੇ ਜ਼ੁਲਫਾ ਸਵਾਰਨਾ ਤੂੰ ਮੱਠੀ ਉੱਤੇ ਚਾਨੇ ਬੰਦੇਰ ਕਰਨਾ ਵਾਦੇ ਮਿੰਟਾਂ ਦੇ ਕਰਨਾ ਤੂੰ ਨਾਲ ਮੇਰੇ ਘੰਟਿਆਂ ਦੀ ਪਾ ਦੇਰ ਕਰਨਾ ਸਦਕੇ ਜਾਵਾ ਤੇਰੀਆਂ ਫੁਰਤੀਆਂ ਤੂੰ ਕਦੇ ਜ਼ਬਰ ਕਰਨਾ ਕਦੇ ਜ਼ੇਰ ਕਰਨਾ ਸਦਕੇ ਜਾਵਾ ਤੇਰੀਆਂ ਫੁਰਤੀਆਂ ਤੂੰ ਕਦੇ ਜ਼ਬਰ ਕਰਨਾ ਤੇ ਕਦੇ ਜ਼ੇਰ ਕਰਨਾ ਹੈ ਇਹ ਦੱਸੋ ਕਿ ਕਿਸ ਤਰ੍ਹਾਂ ਸ਼ੌਕ ਪਿਆ ਸ਼ੇਰੋ ਸ਼ਾਇਰੀ ਨਾਲ ਸ਼ੌਕ ਕਿਸ ਤਰ੍ਹਾਂ ਪਿਆ ਬਸ ਇਹ ਦੋ ਸ਼ੇਰ ਪੜੇ ਤੇ ਲੋਕ ਕਹਤੇ ਆ ਬਸ ਸ਼ੇਰੋ ਸ਼ਾਇਰੀ ਵੀ ਕੀਆ ਕਰੋ ਪਰ ਸ਼ੇਰੋ ਸ਼ਾਇਰੀ ਫਿਰ ਸ਼ੇਰੋ ਸ਼ਾਇਰੀ ਦੋ ਸ਼ੇਰ ਪੜੇ ਤੇ ਲੋਕ دیਵਾਨੇ ਹੋ ਗਏ ਚੱਲੇ ਕੱਲੇ ਹੋ ਗਏ ਭੁੱਲ ਗਏ ਸਾਰਾ ਕੁਝ ਕਿਹੜੀ ਜਮਾਤ ਵਿੱਚ ਪੜਨੇ ਹੋ ਮਾਸ਼ਾਅੱਲਾ ਪਤਾ ਲੱਗਾ ਸੋ ਪੇਪਰ ਸ਼ੇਪਰ ਵੀ ਹੋ ਰਹੇ ਨੇ ਮੈਂ 4 ਕਲਾਸ ਮੈਂ ਪੜ ਰਹਾ ਅੱਛਾ ਤੇ ਏਜ ਮਾਸ਼ਾਅੱਲਾ ਸੋਨੀ ਕਿੰਨੀ ਹੈ 13 ਸਾਲ 13 ਸਾਲ ਤੇ ਮਤਲਬ ਕਦੇ ਫੀਲ ਤੇ ਨਹੀਂ ਹੋਣਾ ਕਿ ਕਦ ਛੋਟਾ ਹੈ ਲੇਕਿਨ ਫੇਮ ਉਤਨਾ ਹੀ ਬੜਾ ਆ ਫੇਮ ਉਤਨਾ ਹੀ ਬੜਾ ਆ ਨਹੀਂ ਵੀ ਅੱਲਾਹ ਤਾਲਾ ਨੇ ਇੱਜ਼ਤ ਦੀ ਹੈ ਜੈਸਾ ਅੱਲਾਹ ਤਾਲਾ ਨੇ ਬਣਾਇਆ ਸ਼ੁਕਰ ਅਦਾ ਮਤਲਬ ਇਹ ਵੀ ਅੱਲਾਹ ਦਾ ਕੰਮ ਹੈ ਨਾ ਕਿ ਕਦਾਵਰਾਂ ਕੀ ਨਹੀਂ ਅਗਰ ਲੱਭੀ ਲੇਕਿਨ ਛੋਟੇ ਕਦ ਨਾ ਮਾਲਕ ਛੋਟਾ ਕਦ ਤੇ ਬਣਾਇਆ ਲੇਕਿਨ ਇੱਜ਼ਤ ਬੇਸ਼ੁਮਾਰ ਦੇ ਦਿੱਤੀ ਕੋਈ ਕਹਿ ਆਖਣਾ ਚਾਹੋ ਹੋਰ ਕੇ ਟੂ ਟੈਲੀਵਿਜ਼ਨ ਇੱਥੇ ਤੁਹਾਨੂੰ ਕੋਲ ਹਾਜ਼ਰ ਹੋਇਆ ਤੁਹਾਨੂੰ ਗੁਫ਼ਤਗੂ ਕੀਤੀ ਇਹ ਤਾਂ ਕੋਈ ਨਾ ਸੱਜੇ ਖੱਬੇ ਮੇਲਾ ਵੀ ਲੱਗ ਗਿਆ ਕੋਈ ਦੋ ਚਾਰ ਸ਼ੇਰ ਹੋਰ ਸੁਣਾਓ ਨਾ ਟਾਈਮ ਬੜਾ ਮੁਸ਼ਕਲ ਲੱਭਾ ਸਾਨੂੰ ਐਵੇਂ ਨਹੀਂ ਲਾ ਕੇ ਅੱਜ ਨਾ ਬੋਲਦਾ ਐਵੇਂ ਨਹੀਂ ਪਿੰਡੀ ਚ ਨਾ ਬੋਲਦਾ ਜੇ ਰੱਬ ਦੇ ਵੇਲਤਾ ਦਿੱਤਾ ਬੋਲਦਾ ਬਾਕੀ ਗੁੜ ਹੋ ਗਿਆ ਬਾਕੀ ਗੁੜ ਹੋ ਗਿਆ ਇਹ ਸ਼ੇਰ ਦੁਬਾਰਾ ਸੁਣਾਓ ਇੱਕ ਵਾਰੀ ਫਿਰ ਸੁਣਾਓ ਐਵੇਂ ਨਹੀਂ ਲਾ ਕੇ ਅੱਜ ਨਾ ਬੋਲਦਾ ਐਵੇਂ ਨਹੀਂ ਪਿੰਡੀ ਚ ਨਾ ਬੋਲਦਾ ਜੇ ਰੱਬ ਦੇ ਵੇਲਤਾ ਦਿੱਤਾ ਬੋਲਦਾ ਬਾਕੀ ਗੁੜ ਹੋ ਗਿਆ ਬਾਕੀ ਗੁੜ ਹੋ ਗਿਆ ਜੀ ਨਾਜ਼ਰੀਨ ਜੇ ਰੱਬ ਦੇ ਵੇਲਤਾ ਦਿੱਤਾ ਬੋਲਦਾ ਟਿਪੀਕਲ ਪਿੰਡੀ ਬੁਆਏ ਨਾਜ਼ਰੀਨ ਜਿਸ ਕੀ ਆਖਣੇ ਨਾ ਟਿਪੀਕਲ ਪਿੰਡੀ ਬੁਆਏ ਅਗਰ ਸਾ ਗੱਲ ਕਰੋ ਕਿਉਂਕਿ ਮੈਂ ਮੇਰਾ ਖੁਦ ਵੀ ਤਲਕ ਪਿੰਡੀ ਨਾਲ ਆ ਔਰ ਪਿੰਡੀ ਬੁਆਏ ਜਿਹੜੇ ਆ ਉਸਾਂ ਕੀ ਪਤਾ ਕਿ ਪੂਰੀ ਦੁਨੀਆ ਦੇ ਅੰਦਰ ਮਸ਼ਹੂਰ ਏ ਇਹ ਨਹੀਂ ਸਿਰਫ ਪਾਕਿਸਤਾਨ ਦੇ ਅੰਦਰ ਬਾਹਰ ਵੀ ਤੁਸੀਂ ਕਿਤੇ ਜਾਓ ਤਾਂ ਉਹ ਲੋਕ ਆਣੇ ਬਾਵਾ ਜੀ ਪਿੰਡੀ 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 ਏ ਕੋਈ ਸਿਰਗੜ ਦੀਆਂ ਡੱਬੀਆਂ ਨਹੀਂ ਕੋਈ ਸਿਰਗੜ ਦੀਆਂ ਡੱਬੀਆਂ ਨਹੀਂ ਪਿੰਡੀ ਵਾਲੇ ਮਾਰ ਕੇ ਪੁੱਛਦੇ ਨੇ 10 ਸਟਾ ਕਿੱਥੇ ਕਿੱਥੇ ਲੱਗੀਆਂ ਹਾਏ ਹਾਏ ਪਿੰਡੀ ਵਾਲੇ ਮਾਰ ਕੇ ਪੁੱਛਣੇ ਸਟਾ 10 ਕਿੱਥੇ ਕਿੱਥੇ ਲੱਗੀਆਂ ਛੋਟਾ ਡੋਨ ਸਾਹਿਬ ਇਹ ਸ਼ੇਰ ਯਾਦ ਕਿਸ ਤਰ੍ਹਾਂ ਕਰੇ ਕਿੰਨੇ ਉਸ ਐਨ ਨਿੱਕੇ ਨਿੱਕੇ ਜੇ ਦਿਮਾਗ ਹੈ ਜਿੰਨੇ ਬੜੇ ਬੜੇ ਸ਼ੇਰ ਕਿਸ ਤਰ੍ਹਾਂ ਆਛਣੇ ਬਾਈ ਯਾਦ ਕਰ ਲੈ ਜੇ ਅੱਛਾ ਮਾਸ਼ਾਅੱਲਾ ਚੌਥੀ ਨੇ ਸਟੂਡੈਂਟ ਨੂੰ ਮੈਂ ਸਭ ਨੂੰ ਇੱਕ ਸਵਾਲ ਪੁੱਛਾਂ ਨਾਰਾਜ਼ ਤਾਂ ਨਹੀਂ ਹੋਣਾ ਨਾ ਇਜਾਜ਼ਤ ਦੀ ਪਹਿਲੇ ਪ੍ਰੋਮਿਸ ਕਰੋ ਨਾਰਾਜ਼ ਨਹੀਂ ਹੋਣਾ ਪ੍ਰੋਮਿਸ ਅੱਛਾ ਟੈਲੀਵਿਜ਼ਨ ਉੱਪਰ ਜਿਹੜੇ ਲੋਕ ਸੰਗ ਤੱਕਣੇ ਪਏ ਜਿਹੜੇ ਸੋ ਨਾਲ ਮੁਹੱਬਤ ਕਰਨੇ ਉਹਨਾਂ ਕੀ ਕੋਈ ਮੈਸੇਜ ਦੇਣਾ ਚਾਹੋ ਕੀ ਕਰਨਾ ਚਾਹੀਦਾ ਸਾ ਕਿ ਆਪਣੀ ਜ਼ਿੰਦਗੀ ਦੇ ਅੰਦਰ ਕੀ ਯਹੀ ਮੈਸੇਜ ਦੂੰਗਾ ਕਿ ਅੱਛੀ ਵੀਡੀਓ ਬਣਾ ਕਰੇ ਸਪੋਰਟ ਕਰੇ ਲਾਈਕ ਕਰੇ ਔਰ ਲੜਾਈ ਝਗੜਾ ਨਾ ਕੀਆ ਕਰੇ ਅੱਛੀ ਵੀਡੀਓ ਬਣਾ ਕਰੇ ਅੱਛੀ ਵੀਡੀਓਜ਼ ਬਣਾਇਆ ਕਰੇ ਔਰ ਕੋਸ਼ਿਸ਼ ਕੀਆ ਕਰੇ ਕਿ ਦੂਸਰੋ ਕੇ ਸਾਥ ਭਲਾਈ ਕੀਆ ਕਰੇ ਯਹੀ ਬਾਤ ਹੈ ਛੋਟੇ ਡੋਨ ਸਾਹਿਬ ਅੱਲਾਹ ਪਾਕ ਸੋ ਕੀ ਸਲਾਮਤ ਰੱਖਣ ਸੁਸਾਨਾ ਜਜ਼ਬਾ ਸਲਾਮਤ ਰਹਿਵੇ ਸਾਡੀ ਦੁਆਈ ਕੇ ਤੁਸੀਂ ਡਾਕਟਰ ਬਣੋ